ਪੱਗ ਜੀ ਦੇ ਵਿਦਕ ਅਦਾਰਿਆਂ 'ਚ ਪ੍ਰਚਾਰ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਕਿਵੇਂ ਉੱਡ-ਉੱਡ ਕੇ ਉਹ ਮੁੰਡਿਓ ਉਹ ਕੁੜਿਓ ਉਹ ਪੁੱਤਰੋ ਉਹ ਧੀਓ ਬੱਚਿਆਂ ਨੂੰ ਕਿਵੇਂ ਹਲੂਣ ਰਹੇ ਸਨ ਉਹਨਾਂ ਦਾ ਮੇਰੇ ਹੱਥ ਤੇ ਰੱਖਿਆ ਗੋਹਾ ਮੇਰੇ ਕੱਪੜਿਆਂ ਵਾਲਾ ਪੁੰਝੇ ਗੋਹੇ ਵਾਲੇ ਹੱਥ ਪਿਆਰ ਵਾਲਿਓ ਮੈਨੂੰ ਅੱਜ ਤੱਕ ਉਸ ਗੱਲ ਦਾ ਅਹਿਸਾਸ ਕਰਾਉਂਦੇ ਨੇ ਕਿ ਸਾਡੀਆਂ ਸਮਾਜਪਤੀ ਕੋਈ ਜ਼ਿੰਮੇਵਾਰੀਆਂ ਨਹੀਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ 1994 ਦੇ ਵਿੱਚ ਮੈਂ ਗੁਰਦਾਸਪੁਰ ਪ੍ਰੋਫੈਸਰ ਲੱਗ ਗਿਆ ਤੇ ਉਹ ਨਹੀਂ ਦਿਨੀ ਮੈਂ ਜੁਲਾਈ ਵਿੱਚ ਪ੍ਰੋਫੈਸਰ ਜੁਆਇਨ ਕੀਤਾ ਤੇ ਅਗਸਤ ਵਿੱਚ ਭਗਤ ਜੀ 5 ਅਗਸਤ 1994 ਨੂੰ ਅਕਾਲ ਚਲਾਣਾ ਕਰ ਗਏ ਸਤਖੰਡ ਵਾਸੀ ਹੋ ਗਏ ਭਗਤ ਜੀ ਨੇ ਉਦੋਂ ਫਿਰ ਮੈਨੂੰ ਕਿਹਾ ਪੁੱਤਰਾ ਆ ਭਗਤ ਦੀ ਆਖਰੀ ਖਾਸ ਜਿਹੜੀ ਮੈਨੂੰ ਉਹਨਾਂ ਨੇ ਕਹੀ ਉਹਨਾਂ ਦੀਆਂ ਕਿਤਾਬਾਂ ਵਿੱਚ ਤੁਹਾਨੂੰ ਵੀ ਪੜਨ ਨੂੰ ਬਹੁਤ ਵਾਰ ਮਿਲਦੀ ਹੋਵੇਗੀ ਭਗਤ ਜੀ ਨੇ ਮੈਨੂੰ ਬੜੇ ਗੌਰ ਦੇ ਨਾਲ ਔਰ ਬੜੀ ਦਰਦ ਨਾਲ ਕਿਹਾ ਪੁੱਤਰਾ ਮੇਰੀ ਇਹ ਤੀਬਰ ਇੱਛਾ ਹੈ ਮੈਂ ਹਰ ਮੁੰਡੇ ਦੇ ਹੱਥ ਵਿੱਚ ਮੈਂ ਹਰ ਕੁੜੀ ਦੇ ਹੱਥ ਵਿੱਚ ਗੁਰਬਾਣੀ ਦਾ ਟੀਕਾ ਦੇਖਣਾ ਚਾਹੁੰਦਾ ਇਹ ਪੁੱਤਰਾ ਮੇਰੀ ਦਿਲ ਦੀ ਰੀਜ ਹੈ ਪਿਆਰ ਵਾਲਿਓ ਗੁਰੂ ਨੇ ਬਖਸ਼ੀਆਂ ਕੀਤੀਆਂ ਸਤਿਗੁਰਾਂ ਨੇ ਦਇਆ ਕੀਤੀ ਤੁਹਾਡੇ ਸੰਗਤਾਂ ਦੀਆਂ ਅਸੀਸਾਂ ਮਿਲੀਆਂ ਇਹ ਅਸੀਂ ਦੇਖਿਆ ਕਿ ਅਸੀਂ 2015 ਦੇ ਵਿੱਚ ਪਿੰਗਲਵਾੜੇ ਇੱਕ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸ ਕਰਾਈ ਉੱਥੇ ਅਸੀਂ ਇਹ ਗੱਲ ਕੀਤੀ ਕਿ 500 ਸਾਲਾ ਅਵਤਾਰ ਪੁਰਬ ਜਦੋਂ ਅਸੀਂ ਮਨਾਇਆ ਗੁਰੂ ਨਾਨਕ ਸਾਹਿਬ ਦਾ ਸਿੱਖਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਸਕੂਲ ਸਥਾਪਿਤ ਕੀਤੇ ਪਰ ਮੈਨੂੰ ਇਹ ਗੱਲ ਕਹਿਣ ਵਿੱਚ ਝਿਜਕ ਕੋਈ ਨਹੀਂ ਹੈ ਕਿਉਂਕਿ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਭਗਤ ਦੀ ਗੱਲ ਕਰ ਰਿਹਾ ਮੈਂ ਗੁਰੂ ਗ੍ਰੰਥ ਦੀ ਗੱਲ ਕਰ ਰਿਹਾ ਸਮਾਂ ਪਰਤੇ ਆ ਇਹ ਸਕੂਲ ਦੁਕਾਨਾਂ ਬਣ ਗਈਆਂ ਇੰਨਾ ਸਕੂਲਾਂ ਵਿੱਚੋਂ ਭਗਤਪੂਰਨ ਸਿੰਘ ਪੈਦਾ ਨਹੀਂ ਹੋਏ ਇੰਨਾ ਸਕੂਲਾਂ ਚੋਂ ਹਰੀ ਸਿੰਘ ਨਲੂਆ ਪੈਦਾ ਨਹੀਂ ਹੋਇਆ ਇੰਨਾ ਸਕੂਲਾਂ ਨੇ ਜੱਸਾ ਸਿੰਘ ਆਲੂਵਾਲੀਏ ਨੂੰ ਜਨਮ ਨਹੀਂ ਦਿੱਤਾ ਅੱਜ ਸਾਡੀ ਕੌਮ ਕੋਲੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਸੇਦਾਰ ਅਕਾਲ ਤਖਤ ਨਹੀਂ ਹੈਗੇ ਇਹ ਸਕੂਲ ਪੈਦਾ ਨਹੀਂ ਕਰ ਸਕੇ ਇਹਨਾਂ ਨੇ ਪੈਦਾ ਕਰਨੇ ਸੀ ਇਹ ਖੁੰਝ ਗਏ ਸਕੂਲਾਂ ਵਿੱਚ ਬੈਣ ਲੱਗਦਾ ਹੈ ਕਿ ਪੰਜਾਬੀ ਬੋਲਣ ਨਹੀਂ ਸਕਦੇ ਤੁਸੀਂ ਉਹ ਗੁਰਬਾਣੀ ਦੀ ਗੱਲ ਛੱਡੋ ਪੰਜਾਬੀ ਵੀ ਨਹੀਂ ਬੋਲ ਸਕਦੇ ਇਹਨਾਂ ਨੂੰ ਕਿਹਾ ਕਿ ਗੁਰਬਾਣੀ ਦੀ ਗੱਲ ਕਰਿਆ ਕਰੋ ਇਹਨਾਂ ਨੇ ਅਧਿਆਪਕ ਰੱਖ ਲਏ ਡਵੰਟੀ ਦੇ ਕੁਝ ਸਕੂਲਾਂ ਨੇ ਪਰ ਪਿਆਰ ਵਾਲਿਓ ਮੈਨੂੰ ਕਹਿ ਲੈਣ ਦੇਣਾ ਜਿਹੜਾ ਅਧਿਆਪਕ ਡਵੰਟੀ ਪੜਾਉਂਦਾ ਉਹਦੀ ਤਨਖਾਹ ਸਾਰਿਆਂ ਤੋਂ ਘੱਟ ਉਹਦੀਆਂ ਕਿਤਾਬਾਂ ਸਾਰਿਆਂ ਤੋਂ ਕੱਟੀਆਂ ਉਹਨੂੰ ਸਮਾਂ ਸਾਰਿਆਂ ਤੋਂ ਘੱਟ ਇੱਕ ਯਤਨ ਸੀ ਇੱਕ ਕਰਨਾ ਸੀ ਉਪਰਾਲਾ ਕੌਮ ਨੇ ਗੁਰੂ ਨੇ ਬਖਸ਼ਿਸ਼ ਕੀਤੀ ਕਿ ਇਹੋ ਜਿਹਾ ਗੁਰੂ ਸਾਹਿਬ ਨੇ ਵਿਦ ਬਣਾਈ ਡਾਕਟਰ ਇੰਦਰਜੀਤ ਕੌਰ ਜੀ ਨੇ ਅਗਵਾਈ ਦਿੱਤੀ ਕਿ ਭਗਤ ਜੀ ਦਾ ਸੁਪਨਾ ਸੀ ਕਿ ਹਰ ਮੁੰਡੇ ਦੇ ਹਰ ਕੁੜੀ ਦੇ ਹੱਥ ਵਿੱਚ ਮੈਂ ਗੁਰਬਾਣੀ ਦਾ ਟੀਕਾ ਦੇਖਣਾ ਚਾਹੁੰਦਾ ਸੋ ਗੁਰਬਾਣੀ ਨੂੰ ਆਧਾਰ ਬਣਾ ਕੇ ਇਹੋ ਜੀਆਂ ਕਿਤਾਬਾਂ ਤਿਆਰ ਕਰੀਏ ਕਿ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਗੁਰਬਾਣੀ ਨਾਲ ਜੋੜ ਦਈਏ ਅੰਗਰੇਜ਼ ਪੰਜਾਬ ਵਿੱਚ ਆਇਆ ਤੁਹਾਨੂੰ ਪਤਾ ਉਹਨੇ ਪਹਿਲਾ ਕੰਮ 1849 ਵਿੱਚ ਕੀ ਕੀਤਾ ਉਨੇ ਇੱਕ ਹੁਕਮਨਾਮਾ ਜਾਰੀ ਕੀਤਾ ਇੱਕ ਫਰਮਾਨ ਜਾਰੀ ਕੀਤਾ ਕਿ ਸਿੱਖਾਂ ਦੇ ਘਰਾਂ ਵਿੱਚ ਜੇ ਕਿਰਪਾਨ ਹੈ ਤਾਂ ਜਮ੍ਹਾਂ ਕਰਾ ਦਿਓ 2 ਅੰਨੇ ਮਿਲਣਗੇ ਜੇ ਕੈਦਾ ਜਮ੍ਹਾਂ ਕਰਾ ਦਿਓ 6 ਅੰਨੇ ਮਿਲਣਗੇ ਤੇ ਸਾਡੇ ਕੈਦੇ ਕਿਰਪਾਨਾਂ 2 ਅੰਨੇ ਦੀਆਂ ਕਿਰਪਾਨਾਂ ਤੇ 6 ਅੰਨੇ ਦੇ ਕੈਦੇ ਉਹਨੇ ਇਕੱਠੇ ਕਰ ਲਏ ਘਰਾਂ ਵਿੱਚੋਂ ਕੈਦੇ ਖਤਮ ਹੋਏ ਆਪਣੇ ਕੈਦੇ ਦਿੱਤੇ ਉਹਨੇ ਤੁਹਾਡੇ ਘਰਾਂ ਵਿੱਚੋਂ ਗੁਰਮਤ ਲੋਪ ਹੋ ਗਈ ਗੁਰਬਾਣੀ ਦੇ ਸ਼ਬਦ ਲੋਪ ਹੋ ਗਏ ਤੇ ਇਹ ਲੋੜ ਸੀ ਗੁਰਬਾਣੀ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਨ ਦੀ ਮੈਂ ਤੁਹਾਨੂੰ ਇੱਕ ਦਿਸਟਾਨ ਮਾਤਰ ਦੋ ਸ਼ਬਦਾਂ ਦੀ ਗੱਲ ਕਰਾਂਗਾ ਸੰਗਤ ਆਪਾ ਆਪਣਾ ਮਲਾਂਕਣ ਕਰੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇੱਕ ਸ਼ਬਦ ਆਉਂਦਾ ਸਸਾ ਹਾਹਾ ਸਸਾ ਸਹਸ ਸਿਆਣਪਾ ਲਖ ਹੋ ਹੈ ਇਹਦਾ ਮਤਲਬ ਕੀ ਹੈ ਸਹਸ ਦਾ ਸਾਨੂੰ ਆਮ ਤੌਰ ਤੇ ਨਹੀਂ ਪਤਾ ਹੁੰਦਾ ਤਾਣ ਗਾਵੈ ਕੋ ਤਾਣ ਕੀਤਾ ਤਾਣ ਸਵਾਲਿਓਂ ਰੂਪ ਹੁਣ ਤਾਣ ਦਾ ਮਤਲਬ ਕੀ ਹੈ ਆਮ ਸੰਗਤਾਂ ਨੂੰ ਨਹੀਂ ਪਤਾ ਕਿਉਂ ਕਿਉਂਕਿ ਸਾਡੀ ਭਾਸ਼ਾ ਵਿੱਚੋਂ ਸ਼ਬਦ ਨਿਕਲ ਗਏ ਸੋ ਇੱਕ ਯਤਨ ਕੀਤਾ ਬੱਚਿਆਂ ਨੂੰ ਪੰਜਾਬੀ ਇਦਾਂ ਪੜ੍ਹਾਈ ਜਾਵੇ ਸਕੂਲ ਦੇ ਵਿਸ਼ੇ ਇਦਾਂ ਪੜ੍ਹਾਏ ਜਾਣ ਕਿ ਜੋ ਭਗਤ ਦੀ ਇੱਛਾ ਸੀ ਉਹ ਪੂਰੀ ਹੋ ਜਾਵੇ ਗੁਰਬਾਣੀ ਸੁਣੀ ਜਾਵੇ ਤੇ ਪਤਾ ਲੱਗੇ ਕੀ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦਿਸਤਾਨ ਇੱਕ ਇੱਕ ਨਿਗਾਹ ਜੀ ਤੁਹਾਡੀ ਖਿਡਾ ਦੇਣੀ ਹੈ ਅਸੀਂ ਊੜਾ ਸਿਖਾਉਣਾ ਹੈ ਅਸੀਂ ਊੜਾ ਊਂਟ ਪੜੇ ਆਉਣੇ ਆ ਸਾਡੇ ਦਾਦੇ ਪਰਦਾਦੇ ਇਹੀ ਪੜਦੇ ਰਹੇ ਅੱਗੇ ਪੋਤੇ-ਪੜਪੋਤੇ ਇਹੀ ਪੜੀ ਜਾਂਦੇ ਨੇ ਸਾਰੀਆਂ ਕਿਤਾਬਾਂ 'ਚ ਵਿਕਾਸ ਹੋ ਗਿਆ ਭਗਤ ਜੀ ਦੀ ਇੱਛਾ ਸੀ ਕਿ ਕੋਈ ਗੱਲ ਗੁਰਬਾਣੀ ਦੀ ਸੋਹਣੇ ਬੱਚੇ ਨੂੰ ਸਮਝ ਆਵੇ ਅਸੀਂ ਸੋਚਿਆ ਊੜਾ ਪੜਾਉਣਾ ਹੈ ਕਿਉਂ ਨਾ ਊੜਾ ਔਰ ਪੜਾਈਏ ਗੁਰੂ ਸਾਹਿਬ ਕਹਿੰਦੇ ਆ ਹਰ ਕਾ ਨਾਮ ਰੱਖੋ ਔਰ ਧਾਰ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾ ਕੇ ਰੱਖੋ ਜਦੋਂ ਉਹ ਸ਼ਬਦ ਦਾ ਪੜਿਆ ਹੋਊਗਾ ਕਿਤਾਬ ਜਿਕੇ ਹਿਰਦਾ ਹੁੰਦਾ ਤੇ ਬੱਚਾ ਸਮਝ ਆਵੇਗਾ ਅਸ ਗੁਰੂ ਸਾਹਿਬ ਨੇ ਘੋੜੇ ਨੂੰ ਕਿਹਾ ਅੱਜ ਗੁਰੂ ਸਾਹਿਬ ਬੱਕਰੀ ਨੂੰ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਸੋ ਇੱਕ ਦਸਤਾਂਤ ਹੈ ਇਸੇ ਤਰ੍ਹਾਂ 35 ਦਾ ਕਾਇਦਾ ਪੜਾਇਆ ਫਿਰ 35 ਲਿਖਣੀ ਸਿਕਾਈ ਊੜਾ ਲਿਖਣਾ ਕਿਵੇਂ ਆ ਨਵੇਂ ਸ਼ਬਦ ਦਿੱਤੇ ਫਿਰ ਉਸ ਤੋਂ ਬਾਅਦ ਮੁਕਤਾ ਪੜਾਉਣਾ ਕਗਾ ਰਾਰਾ ਘਰ ਤਾਂ ਠੀਕ ਹੈ ਕੱਕਾ ਰਾਰਾ ਕਰ ਅਸੀਂ ਕਰ ਕਮਲਾਂ ਨੂੰ ਕਹਿੰਦੇ ਆ ਪੱਪਾ ਗੱਗਾ ਪਾਗ ਅਸੀਂ ਪੈਰ ਨੂੰ ਕਹਨੇ ਆ ਪੰਕਜ ਮੋਹ ਪੱਗ ਨਹੀਂ ਚਾਲੇ ਸਸਾ ਲੱਲਾ ਲੱਲਾ ਸਾਲਾ ਅਸੀਂ ਪਾਣੀ ਨੂੰ ਕਹਨੇ ਆ ਗੱਗਾ ਜੱਜਾ ਗੱਜ ਅਸੀਂ ਹਾਥੀ ਨੂੰ ਕਹਨੇ ਆ ਆੜਾ ਜੱਜਾ ਅੱਜ ਗੁਰਬਾਣੀ ਚ ਬੱਕਰੀ ਨੂੰ ਲਿਖਿਆ ਬੱਚਿਆਂ ਵਿਚ ਇਹਨਾਂ ਭਾਸ਼ਾ ਦਾ ਗਿਆਨ ਹੋ ਜਾਵੇ ਇਹਦੇ ਹਿਸਾਬ ਨਾਲ ਕਿਤਾਬਾਂ ਤਿਆਰ ਕੀਤੀਆਂ ਹੁਣ ਸੈਂਟੈਂਸਸ ਦੇਣੇ ਆ ਮੁਕਤਾ ਪੜਾਉਣਾ ਸੈਂਟੈਂਸਸ ਇਦਾਂ ਡਰਾਫਟ ਕੀਤੇ ਕਿ ਬੱਚਾ ਮੁਕਤਾ ਪੜ੍ਹਦਿਆਂ ਗੁਰੂ ਘਰ ਨਾਲ ਜੁੜ ਜਾਏ ਸੈਂਟੈਂਸ ਕੀ ਹੈ ਹਰ ਦਮ ਭਜਨ ਕਰ ਜਨਮ ਸਫਲ ਕਰ ਤਨ ਮਨ ਧਨ ਅਰਪਣ ਕਰ ਸੋ ਇਸੇ ਤਰ੍ਹਾਂ ਪੰਜਾਬੀ ਦੀਆਂ ਸਾਰੀਆਂ ਮਾਤਰਾਵਾਂ ਮੈਂ ਸਿਖਾਉਂਦੀਆਂ ਕੰਨਾਂ ਸੁਕਾਉਣਾ ਖਾਣਾ ਖਾ ਸ਼ਬਦ ਗਾ ਪਾਠ ਯਾਦ ਕਰ ਤਾਣ ਨਾਲ ਵਾਰ ਕਰ ਹੁਣ ਲੱਗਿਆ ਪਤਾ ਨਾ ਤਾਣ ਹੁੰਦਾ ਤਾਕਤ ਜੋਰ ਨਾਲ ਵਾਰ ਕਰ ਤਾਣ ਨਾਲ ਵਾਰ ਕਰ ਹਰਜਾਪ ਅਰਦਾਸ ਕਰ ਭਾਣਾ ਪ੍ਰਮਾਨ ਕਰ ਪ੍ਰਮਾਤਮਾ ਦਾ ਨਾਮ ਜਪ ਸਭ ਦਾ ਭਲਾ ਕਰ ਆਪਣਾ ਕਾਰਜ ਆਪ ਸਵਾਰ ਇਹ ਜਿਹੜੇ ਮੇਰੇ ਸੈਂਟੈਂਸਸ ਮੈਂ ਪੜ੍ਹੇ ਨੇ ਇਹ ਮੈਂ ਗੁਰਬਾਣੀ ਨਹੀਂ ਹੁਣ ਪੜਾ ਰਿਆ ਮੈਂ ਕੰਨਾ ਪੜਾ ਰਿਹਾ ਬੱਚੇ ਨੂੰ ਕਿ ਕੰਨਾ ਪ੍ਰੋਨਾਂਸ ਕਿਵੇਂ ਕਰਨਾ ਪਰ ਮੇਰਾ ਸੈਂਟੈਂਸ ਸੀਗਾ ਸਭ ਦਾ ਪਲਾ ਕਰ ਆਪਣਾ ਕਾਰਜ ਆਪ ਸਵਾਰ ਏਕ ਢੰਗ ਹੈ ਮੈਂ ਤੁਹਾਨੂੰ ਸਿਰਫ ਇਸ਼ਾਰਾ ਦੇ ਰਿਹਾ ਇਸੇ ਤਰ੍ਹਾਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕਰ ਦਲੰਕੜ ਸਾਡੀਆਂ ਉਹਨਾਂ ਕਿਤਾਬਾਂ ਦਾ ਕੋਈ ਮੁੱਲ ਨਹੀਂ ਜਿਹੜੀਆਂ ਸਿਰਫ ਇਹੀ ਪੜਾਈਆਂ ਜਾਂਦੀਆਂ ਨੇ ਆਰਾਮ ਕੇਲਾ ਖਾਂਦਾ ਹੈ ਸ਼ਾਮ ਸਾਈਕਲ ਚਲਾਉਂਦਾ ਹੈ ਸੀਤਾ ਕੱਪੜੇ ਧੋਂਦੀ ਹੈ ਉਹ ਪਿਆਰ ਭਲਿਓ ਗੁਰਬਾਣੀ ਦੇ ਵਿੱਚ ਇੰਨਾ ਖਜ਼ਾਨਾ ਵਿਦਵਾਨ ਕਹਿੰਦੇ ਨੇ ਬੌਟਲੈਂਡ ਰਸਲ ਲਿਖਦਾ ਹੈ ਕੈਂਬਰੇਜ ਦਾ ਪ੍ਰੋਫੈਸਰ ਹੈ ਨੋਬਲ ਪ੍ਰਾਈਜ਼ ਮਿਲਿਆ ਹੈ ਕੈਂਬਰੇਜ ਯੂਨੀਵਰਸਿਟੀ ਦੇ ਵਿੱਚੋਂ ਕੰਮ ਕਰਦਾ ਰਿਹਾ ਹੈ ਕਹਿੰਦਾ ਸਿੱਖਾਂ ਨੇ ਬਹੁਤ ਵੱਡਾ ਪਾਪ ਕੀਤਾ ਦਾ ਸਿੱਖਸ ਹੈ ਫੇਲ ਟੂ ਬ੍ਰਾਡਨ ਸੰਡੇ ਲਾਈਟ ਦਾ ਸਪਲੈਂਡਰ ਡਾਕਟ੍ਰਾਈਨਸ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੰਦ ਸਿੱਖਸ ਹੈ ਕਮਿਟਡ ਦੇ 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 ਸ਼ਲ ਨਾਟ ਬੀ ਰਿਡ ਆਫ ਉਹਨਾਂ ਨੂੰ ਇਹਦੀ ਗੱਲ ਦੀ ਮaaf ਵੀ ਨਹੀਂ ਦਿੱਤੀ ਜਾ ਸਕਦੀ ਐਡਾ ਵੱਡਾ ਅਪਰਾਧ ਕੀਤਾ ਸਿੱਖਾਂ ਨੇ ਕਿ ਗੁਰੂ ਦੀ ਗੱਲ ਦੱਸ ਹੀ ਨਹੀਂ ਸਕੇ ਪਿਆਰ ਵਾਲਿਓ ਬਾਟਲੈਂਡ ਰਸਲ ਉਹ ਬੰਦਾ ਸੀ ਜਿਹਨੇ ਵੱਖ-ਵੱਖ ਧਰਮਾਂ ਦੇ ਖਿਲਾਫ ਬਹੁਤ ਕੁਝ ਲਿਖਿਆ ਆ ਧਰਮੀ ਬੰਦਾ ਸੀ ਗੁਰੂ ਗ੍ਰੰਥ ਸਾਹਿਬ ਵੱਲ ਵੀ ਇਦਾਂ ਹੀ ਵਧਿਆ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਵੀ ਬਸ ਇਦਾਂ ਹੀ ਲਿਖੂਗਾ ਕਿ ਇਹ ਧਰਮ ਐਵੇਂ ਹੀ ਹੁੰਦਾ ਲੋਕਾਂ ਨੂੰ ਬੁੱਧੂ ਬਣਾਉਂਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਪੜਨ ਲੱਗਿਆ ਅਸ਼ ਅਸ਼ ਕਰਦਾ ਗਿਆ ਅਸ਼ ਅਸ਼ ਕਰਦਾ ਗਿਆ ਔਰ ਆਪਣੀਆਂ ਲਿਖਤਾਂ ਵਿੱਚ ਇਹ ਗੱਲ ਮੰਨਦਾ ਆਈ ਲੋਸਟ ਮਾਈ ਇਨਕ ਮੇਰੀ ਕਲਮ ਦੀ ਸਿਆਹੀ ਸੁੱਕ ਗਈ ਕਹਿੰਦਾ ਜੋ ਮੈਂ ਸੋਚਦਾ ਸੀ ਉਹੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਸੀ ਕਹਿੰਦਾ ਸਿੱਖਾਂ ਦਾ ਇਹ ਪਾਪ ਕੋਈ ਨਹੀਂ ਮਾਫ ਕਰ ਸਕਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਇੰਗਲੈਂਡ ਦੀ ਧਰਤੀ ਤੇ ਜਨਮ ਲੈਂਦੇ ਅੱਜ ਦੁਨੀਆ ਨੇ ਗੁਰੂ ਗੋਬਿੰਦ ਸਿੰਘ ਦੇ ਸ਼ਾਗਿਰਦ ਹੋਣਾ ਸੀ ਕਹਿੰਦਾ ਇਹ ਸਿੱਖ ਨੇ ਐਡਾ ਵੱਡਾ ਖਜ਼ਾਨਾ ਲੈ ਕੇ ਬੈਠੇ ਨੇ ਕਿ ਸਿੱਖੀ ਦੇ ਗੱਲ ਸੁਣ ਕੇ ਵਿਦਵਾਨਾਂ ਦੇ ਸਾਇੰਸਦਾਨਾਂ ਦੇ ਰੌਂਗ ਟ੍ਰੈਕ ਕਿੱਥੇ ਕਿੱਥੇ ਦੇ ਕਿਵੇਂ ਖੜੇ ਹੋਏ ਗੁਰਵਾਣੀ ਵਿਚ ਐਡੇ ਵੱਡੇ ਸਨੇਹ ਗੁਰੂ ਸਾਹਿਬ ਨੇ ਦੇ ਦਿੱਤੇ ਸੋ ਇਹ ਸੁਨੇਹਾ ਅਸੀਂ ਇਹਨਾਂ ਕਿਤਾਬਾਂ ਰਾਹੀਂ ਭਗ ਜੀ ਦੀ ਇੱਕ ਸੋਚ ਸੀ ਕਿ ਮੈਂ ਹਰ ਮੁੰਡੇ ਦੇ ਹਰ ਕੁੜੀ ਦੇ ਹੱਥ ਵਿੱਚ ਗੁਰਬਾਣੀ ਦਾ ਟੀਕਾ ਵੇਖਣਾ ਚਾਹੁੰਦਾ ਅਸੀਂ ਇਹਨਾਂ ਕਿਤਾਬਾਂ ਰਾਹੀਂ ਬੱਚਿਆਂ ਦੇ ਹੱਥ 'ਤੇ ਟੀਕੇ ਫੜਾ ਰਹੇ ਹਾਂ ਆਤਮ ਪਰਗਾਸ